ਇਤਰਾਜ਼ ਕਰ ਰਹੇ ਹੈਗੇ ਆ ਪਰ ਭਾਜਪਾ ਜਿਹੜੇ ਹੈਗੇ ਵਰਕਰ ਜਿਹੜੇ ਹੈਗੇ ਆ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰ ਰਹੇ ਹੈਗੇ ਵੇਖੋ ਰਾਸ਼ਟਰਪਤੀ ਰਾਜ ਤਾਂ ਲਾਗੂ ਨਹੀਂ ਹੋਣਾ ਚਾਹੀਦਾ ਡੈਮੋਕਰੇਸੀ ਹੈ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਨੂੰ ਜੋ ਮਰਜ਼ੀ ਕਰਨ ਹੋਮ ਮਿਨਿਸਟਰ ਹੈ ਈ ਮਿਨਿਸਟਰ ਹੈ ਜਿਨ੍ਹਾਂ ਨੇ ਬੀਜੇਪੀ ਹੈ ਜਦੋਂ ਪ੍ਰਾਈਮ ਮਿਨਿਸਟਰ ਆਉਂਦਾ ਹੈ ਡੀ ਜੀ ਪੀ ਉਹਦੇ ਨਾਲ ਹੋਣਾ ਚਾਹੀਦਾ ਇੱਕ ਮਿਨਿਸਟਰ ਨਾਲ ਹੋਣਾ ਚਾਹੀਦਾ ਅਤੇ ਇਹ ਜਿਨ੍ਹਾਂ ਨੇ ਕੋਈ ਕਾਮੀ ਹੈ ਉਹ ਕਰਨ ਇਹ ਤਾਂ ਫਿਰ ਸੂਬੇ ਨੂੰ ਸਜ਼ਾ ਦੇਣੀ ਪਰ ਪੰਜਾਬ ਸਰਕਾਰ ਦਾ ਡੀ ਜੀ ਪੀ ਤਾਂ 3 ਮਹੀਨਿਆਂ ਦੇ ਵਿੱਚ ਤੀਜਾ ਡੀ ਜੀ ਪੀ ਬਦਲਣ ਦੇ ਪਰ ਜਿਹੜਾ ਹੁਣ ਡਿਊਟੀ 'ਤੇ ਸਹੀ ਉਹੀ ਡੀ ਜੀ ਪੀ ਹੈ ਨਾ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਜਿੱਥੇ ਭਾਜਪਾ ਸਰਕਾਰਾਂ ਹੈਗੀਆਂ ਦੂਜੀਆਂ ਸਟੇਟਾਂ ਵਿੱਚ ਉਹਨਾਂ ਵੱਲੋਂ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਵੀ ਮੋਦੀ ਸਾਹਿਬ ਦੀ ਰਿਸਪੈਕਟ ਨਹੀਂ ਕੀਤੀ ਗਈ ਪੰਜਾਬੀ ਮੱਡੀ ਕਾਕਾ ਇਹ ਤਾਂ ਕਰਦੇ ਰਹਿੰਦੇ ਇੱਕ ਦੂਜੇ ਨੂੰ ਪਰ ਅਸਲੀ ਹੈ ਜੋ ਮੁੱਦਾ ਹੋਵੇ ਉਹਦੇ 'ਤੇ ਜ਼ਰੂਰੀ ਜੋ ਹੈ ਇੱਕ ਤਾਂ ਮੈਂ ਬਿਲਕੁਲ ਆਉਂਦਾ ਵੀ ਪ੍ਰਾਈਮ ਮਿਨਿਸਟਰ ਜਿਹੜਾ ਜਦੋਂ ਕਿਸੇ ਸਟੇਟ ਜਾਂਦਾ ਹੈ ਭਾਵੇਂ ਉਹਨਾਂ ਨਾਲ ਆਪਣੀ ਸਿਕਿਉਰਿਟੀ ਹੁੰਦੀ ਹੈ ਪਰ ਅਸਲੀ ਵੀ ਉਹ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੇ ਪ੍ਰੋਗਰਾਮ ਹੋਰ ਵੀ ਕਾਰਨ ਹੋ ਪਰ ਇਹ ਜ਼ਰੂਰੀ ਹੈ ਇੰਤਜ਼ਾਮ 'ਚ ਕੋਈ ਕਮੀ ਰਹੇਗੀ ਔਰ ਉਹਦੇ ਉਹਦੀ ਜ਼ਿੰਮੇਵਾਰੀ ਹੁਣ ਡੀ ਜੀ ਪੀ ਵਗੈਰਾ ਹੋਮ ਮਿਨਿਸਟਰ ਚੀਫ ਮਿਨਿਸਟਰ ਦੀ ਹੈ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਵਾਜ ਜਿਹੜਾ ਹੈਗਾ ਕਿ ਚੋਣਾਂ ਅੱਗੇ ਪਾਉਣ ਦੇ ਸਾਰ ਤਾਂ ਨਹੀਂ ਹਾਂ ਇਲੈਕਸ਼ਨ ਨਹੀਂ ਹੈ ਇਸ ਨਾਲ ਨਹੀਂ ਇਸ ਦਾ ਇਲੈਕਸ਼ਨ ਇਹ ਤਾਂ ਵੇਖੋ ਜੀ ਕੋਈ ਗੱਲ ਹੋ ਗਈ ਆ ਉਹਦੇ 'ਤੇ ਆਪੇ ਰਿਪੋਰਟਾਂ ਕਮੇਟੀਆਂ ਕਮੂਟੀਆਂ ਬਣੀਆਂ ਕਚਹਿਰੀ 'ਚ ਵੀ ਮੇਰੇ ਖਿਆਲ 'ਚ ਤਰੀਕ ਹੈ ਸੁਪਰੀਮ ਕੋਰਟ ਪਰ ਭਾਜਪਾ ਜਿਹੜੇ ਹੈਗੇ ਵਰਕਰ ਜਿਹੜੇ ਹੈਗੇ ਆ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰ ਰਹੇ ਹੈਗੇ ਵੇਖੋ ਰਾਸ਼ਟਰਪਤੀ ਰਾਜ ਤਾਂ ਲਾਗੂ ਨਹੀਂ ਹੋਣਾ ਚਾਹੀਦਾ ਡੈਮੋਕਰੇਸੀ ਹੈ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਨੂੰ ਜੋ ਮਰਜ਼ੀ ਕਰਨ ਹੋਮ ਮਿਨਿਸਟਰ ਹੈ ਈ ਮਿਨਿਸਟਰ ਹੈ ਜਿਨ੍ਹਾਂ ਨੇ ਬੀਜੇਪੀ ਹੈ ਜਦੋਂ ਪ੍ਰਾਈਮ ਮਿਨਿਸਟਰ ਆਉਂਦਾ ਹੈ ਡੀ ਜੀ ਪੀ ਉਹਦੇ ਨਾਲ ਹੋਣਾ ਚਾਹੀਦਾ ਇੱਕ ਮਿਨਿਸਟਰ ਨਾਲ ਹੋਣਾ ਚਾਹੀਦਾ ਅਤੇ ਇਹ ਜਿਨ੍ਹਾਂ ਨੇ ਕੋਈ ਕਾਮੀ ਹੈ ਉਹ ਕਰਨ ਇਹ ਤਾਂ ਫਿਰ ਸੂਬੇ ਨੂੰ ਸਜ਼ਾ ਦੇਣੀ ਪਰ ਪੰਜਾਬ ਸਰਕਾਰ ਦਾ ਡੀ ਜੀ ਪੀ ਤਾਂ 3 ਮਹੀਨਿਆਂ ਦੇ ਵਿੱਚ ਤੀਜਾ ਡੀ ਜੀ ਪੀ ਬਦਲਣ ਦੇ ਪਰ ਜਿਹੜਾ ਹੁਣ ਡਿਊਟੀ 'ਤੇ ਸਹੀ ਉਹੀ ਡੀ ਜੀ ਪੀ ਹੈ ਨਾ ਪਰ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਜਿੱਥੇ ਭਾਜਪਾ ਸਰਕਾਰਾਂ ਹੈਗੀਆਂ ਦੂਜੀਆਂ ਸਟੇਟਾਂ ਵਿੱਚ ਉਹਨਾਂ ਵੱਲੋਂ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਵੀ ਮੋਦੀ ਸਾਹਿਬ ਦੀ ਰਿਸਪੈਕਟ ਨਹੀਂ ਕੀਤੀ ਗਈ ਪੰਜਾਬੀ ਮੱਡੀ ਕਾਕਾ ਇਹ ਤਾਂ ਕਰਦੇ ਰਹਿੰਦੇ ਇੱਕ ਦੂਜੇ ਨੂੰ ਪਰ ਅਸਲੀ ਹੈ ਜੋ ਮੁੱਦਾ ਹੋਵੇ ਉਹਦੇ 'ਤੇ ਜ਼ਰੂਰੀ ਜੋ ਹੈ ਇੱਕ ਤਾਂ ਮੈਂ ਬਿਲਕੁਲ ਆਉਂਦਾ ਵੀ ਪ੍ਰਾਈਮ ਮਿਨਿਸਟਰ ਜਿਹੜਾ ਜਦੋਂ ਕਿਸੇ ਸਟੇਟ ਜਾਂਦਾ ਹੈ ਭਾਵੇਂ ਉਹਨਾਂ ਨਾਲ ਆਪਣੀ ਸਿਕਿਉਰਿਟੀ ਹੁੰਦੀ ਹੈ ਪਰ ਅਸਲੀ ਵੀ ਉਹ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੇ ਪ੍ਰੋਗਰਾਮ ਹੋਰ ਵੀ ਕਾਰਨ ਹੋ ਪਰ ਇਹ ਜ਼ਰੂਰੀ ਹੈ ਇੰਤਜ਼ਾਮ 'ਚ ਕੋਈ ਕਮੀ ਰਹੇਗੀ ਔਰ ਉਹਦੇ ਉਹਦੀ ਜ਼ਿੰਮੇਵਾਰੀ ਹੁਣ ਡੀ ਜੀ ਪੀ ਵਗੈਰਾ ਹੋਮ ਮਿਨਿਸਟਰ ਚੀਫ ਮਿਨਿਸਟਰ ਦੀ ਹੈ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਵਾਜ ਜਿਹੜਾ ਹੈਗਾ ਕਿ ਚੋਣਾਂ ਅੱਗੇ ਪਾਉਣ ਦੇ ਸਾਰ ਤਾਂ ਨਹੀਂ ਹਾਂ ਇਲੈਕਸ਼ਨ ਨਹੀਂ ਹੈ ਇਸ ਨਾਲ ਨਹੀਂ ਇਸ ਦਾ ਇਲੈਕਸ਼ਨ ਇਹ ਤਾਂ ਵੇਖੋ ਜੀ ਕੋਈ ਗੱਲ ਹੋ ਗਈ ਆ ਉਹਦੇ 'ਤੇ ਆਪੇ ਰਿਪੋਰਟਾਂ ਕਮੇਟੀਆਂ ਕਮੂਟੀਆਂ ਬਣੀਆਂ ਕਚਹਿਰੀ 'ਚ ਵੀ ਮੇਰੇ ਖਿਆਲ 'ਚ ਤਰੀਕ ਹੈ।